ਮੇਰੇ ਨਾਲ ਉਸ ਵੇਲੇ ਹੈ ਤੇ ਮੈਂ ਅੱਜ ਉਸ ਕੰਪਿਊਟਰ ਕਮੈਂਟੇਟਰ ਦੇ ਨਾਲ ਗੱਲ ਵੀ ਕੰਪਿਊਟਰ ਦੇ ਵਿਸ਼ੇ ਦੇ ਆਪਣੇ ਟੈਕਨੀਕਲ ਵਿਸ਼ੇ ਦੇ ਜੇ ਆਪਾਂ ਕਹਾਂਗੇ ਸੋਸ਼ਲ ਮੀਡੀਆ ਦੇ ਵਿਸ਼ੇ ਦੇ ਕਹਾਂਗੇ। ਅਮਰੀਕ ਮੈਂ ਤੁਹਾਡੀ ਕਮੈਂਟਰੀ ਹੈ ਜਿਹੜੀ ਅਕਸਰ ਸੁਣਦਾ ਗਰਾਊਂਡਾਂ ਦੇ ਵਿੱਚ ਹਰ ਇੱਕ ਕਮੈਂਟੇਟਰ ਨੂੰ ਬੜੇ ਧਿਆਨ ਨਾਲ ਸੁਣੀਦਾ ਹੈ ਤੇ ਕਈ ਵਾਰ ਇੱਦਾਂ ਹੁੰਦਾ ਵੀ ਕਮੈਂਟਰੀ ਸੁਣਦੇ ਧਿਆਨ ਤੁਹਾਡੇ ਵੱਲ ਹੋ ਜਾਂਦਾ ਉੱਧਰੋਂ ਟੀਮ ਨੰਬਰ ਲੌਸ ਕਰ ਜਾਂਦੀ ਹੈ ਹਨਾ। ਪਰ ਮੈਂ ਹੁਣ ਗੱਲ ਕਰਨਾ ਚਾਹੁੰਦਾ ਉਹ ਟੈਕਨੀਕਲ ਇਸ਼ੂਜ਼ ਜਿਹੜੇ ਤੁਸੀਂ ਅਕਸਰ ਰੇਜ਼ ਕਰਦੇ ਰਹਿੰਦੇ ਹੋ ਗਰਾਊਂਡਸ ਦੇ ਵਿੱਚ ਕਿ ਹਰ ਇੱਕ ਦਾ ਆਪੋ ਆਪਣਾ ਟੇਸਟ ਹੁੰਦਾ, ਹਰ ਇੱਕ ਕਮੈਂਟਰ ਦਾ ਆਪੋ ਆਪਣਾ ਹਨਾ ਅੰਦਾਜ਼ ਹੁੰਦਾ ਹੈ ਤੇ ਤੁਸੀਂ ਅਕਸਰ ਆ ਜਿਹੜਾ ਸੋਸ਼ਲ ਮੀਡੀਆ ਦੀ ਗੱਲ ਬੜੀ ਬਹੁਤ ਜ਼ਿਆਦਾ ਕਰਦੇ ਹੋ ਤੇ ਗੱਲਾਂ ਦੇ ਵਿੱਚ ਜਿਹੜੀ ਸਾਡੀ ਯੂਥ ਆ ਉਹਨੂੰ ਸੇਧ ਵੀ ਦਿੰਦੇ ਰਹਿੰਦੇ ਹੋ ਤੇ ਅੱਜ ਤੇ ਕਈ ਵਾਰ ਤੁਹਾਡੇ ਮੂੰਹੋਂ ਪਬਜੀ ਦਾ ਜ਼ਿਕਰ ਸੁਣਿਆ ਹਨਾ ਤੇ ਉਹ ਪਬਜੀ ਦੇ ਬਾਰੇ ਜਿਹੜੀ ਸਾਡੇ ਦਰਸ਼ਕਾਂ ਦੇ ਨਾਲ ਗੱਲ ਸਾਂਝੀ ਕਰੋ ਤੇ ਤੁਸੀਂ ਕੀ ਸੋਚ ਕੇ ਮਤਲਬ ਇਹ ਗੱਲਾਂ ਕਰਦੇ ਹੋ ਤੇ ਗੱਲਾਂ ਦੇ ਵਿੱਚ ਤੁਸੀਂ ਸਾਡੇ ਸਮਾਜ ਨੂੰ ਸੇਧ ਵੀ ਦੇਣ ਦੀ ਕੋਸ਼ਿਸ਼ ਕਰਦੇ ਹੋ, ਇਹ ਸਾਡੇ ਦਰਸ਼ਕਾਂ ਦੇ ਨਾਲ ਮਤਲਬ ਬਰੀਫ ਦੇ ਵਿੱਚ ਸੰਖੇਪ ਜੀ ਜਾਣਕਾਰੀ ਸਾਂਝੀ ਕਰੋ। ਬਿਲਕੁਲ, ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਪੰਜਾਬੀ ਲਾਈਵ ਟੀਵੀ ਦਾ, ਸਾਰਿਆਂ ਦਾ ਤੁਹਾਡਾ ਜਿਹੜੀ ਤੁਸੀਂ ਵੱਡੀ ਮਿਹਨਤ ਕਰਦੇ ਹੋ ਔਰ ਕਬੱਡੀ ਜਿਹੜੀ ਘਰ ਘਰ ਦੇ ਵਿੱਚ ਪਹੁੰਚਦੀ ਕਰ ਦਿੱਤੀ ਹੈ, ਤੁਹਾਡਾ ਦਿਲੋਂ ਥੈਂਕਸ ਹੈ ਔਰ ਮੇਰੇ ਦਿਲ ਦੇ ਵਿੱਚ ਵੀ ਬਹੁਤ ਜ਼ਿਆਦਾ ਰਿਸਪੈਕਟ ਹੈ ਅਤੇ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਮੰਨਦਾ ਕਿ ਤੁਸੀਂ ਮੈਨੂੰ ਇਹ ਕਾਬਲ ਸਮਝਿਆ, ਮੈਂ ਲੋਕਾਂ ਦੇ ਸਾਹਮਣੇ ਆਇਆ। ਔਰ ਜਿਹੜੀ ਪਬਜੀ ਗੇਮ ਦੀ ਤੁਸੀਂ ਗੱਲ ਕੀਤੀ ਹੈ ਉਹ ਇੱਕ ਕਰੇਜ਼ ਬਹੁਤ ਹੈ ਯੰਗ ਮੁੰਡੇ ਜਿਹੜੇ ਕੁਛ ਬੱਚੇ ਵੀ ਖੇਡਦੇ ਆ ਔਰ ਉਹ ਗੇਮ ਇੱਕ ਮੈਂ ਕਹਿੰਦਾ ਵੀ ਖਤਰਨਾਕ ਵੀ ਹੈ, ਪਰ ਕਈ ਕੀ ਕਰਦੇ ਆ ਨਾ ਜਿਵੇਂ ਉਹ ਗੇਮ ਦੇ ਵਿੱਚ ਹੀ ਇੱਕ ਦੂਜੇ ਨਾਲ ਲੜ ਵੀ ਪੈਂਦੇ ਆ, ਉਹਦੇ ਪਿੱਛੇ ਗੇਮ ਇੱਦਾਂ ਦੀ ਉਹ ਕਤਲ ਵੀ ਕਈ ਹੋ ਗਏ ਮੈਂ ਸੁਣਿਆ, ਇੱਕ ਪੇਪਰ 'ਤੇ ਪੜ੍ਹਿਆ ਸੀਗਾ ਮੈਂ, ਅਤੇ ਉਹਦੇ ਵਿੱਚ ਕਈ ਜਿਹੜੇ ਡਿਵੋਰਸ ਵੀ ਹੋ ਗਏ ਆ ਕਿਉਂਕਿ ਇੰਨਾ ਕਹਿ ਕੇ ਜਿਹੜੇ ਬੰਦੇ ਖੇਡਣ ਲੱਗ ਜਾਂਦੇ ਆ ਉਹ ਫਿਰ ਆਪਣੇ ਪਰਿਵਾਰ ਨੂੰ ਵੀ ਪਿੱਛੇ ਕਰ ਦਿੰਦੇ ਆ, ਉਹ ਇੰਨਾ ਜ਼ਿਆਦਾ ਬਿਜ਼ੀ ਹੋ ਜਾਂਦੇ ਫੋਨ 'ਤੇ ਕਿਉਂਕਿ ਔਨਲਾਈਨ ਖੇਡੀ ਜਾਂਦੀ ਆ। ਅਤੇ ਮੈਂ ਇਸੇ ਕਰਕੇ ਬੋਲਦਾ ਹੁੰਦਾ ਵੀ ਥੋੜ੍ਹਾ, ਕਿਉਂਕਿ ਹਰੇਕ ਚੀਜ਼ ਦੇ ਦੋ ਪਹਿਲੂ ਆ, ਜੋ ਐਂਟਰਟੇਨਮੈਂਟ ਹੈ ਉਹਦੇ ਨੁਕਸਾਨ ਵੀ ਹੈ ਕਿਉਂਕਿ ਆਪਾਂ ਸਭ ਤੋਂ ਮੈਨੂੰ ਇਹ ਕਹਿੰਦਾ ਹੁੰਦਾ ਵੀ ਆਪਾਂ ਆਪਣੇ ਪਰਿਵਾਰ ਨੂੰ ਵੀ ਟਾਈਮ ਦਈਏ ਕਿਉਂਕਿ ਫੋਨ ਆ ਜਿਹੜਾ ਉਹ ਵਧੀਆ ਵੀ ਹੈ ਪਰ ਮਾੜਾ ਵੀ ਹੈ, ਪਰ ਜੇ ਆਪਾਂ ਨੂੰ ਸਹੀ ਤਰੀਕੇ ਨਾਲ ਵਰਤਾਂਗੇ, ਵੇਖੋ ਫੋਨ ਨੇ ਆਪਾਂ ਨੂੰ ਜੋੜ ਵੀ ਦਿੱਤਾ, ਪਰ ਜੇ ਫੋਨ 'ਤੇ ਆਪਾਂ ਜ਼ਿਆਦਾ ਬਿਜ਼ੀ ਰਹਿੰਦੇ ਹਾਂ ਨਾ ਅਤੇ ਉਹ ਘਰਦਿਆਂ ਦਾ ਘਰ ਦੇ ਵੀ ਗੁੱਸਾ ਕਰਦੇ, ਹੁਣ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ। ਇਸੇ ਕਰਕੇ ਮੇਰੀ ਇਹ ਹੁੰਦਾ ਵੀ ਮੈਂ ਕਿਤੇ ਨਾ ਕਿਤੇ ਥੋੜ੍ਹਾ ਥੋੜ੍ਹਾ ਟੱਚ ਦੇਈ ਚੱਲਾਂ ਵੀ ਜਿਹੜੇ ਸਾਰੇ ਥੋੜ੍ਹਾ ਥੋੜ੍ਹਾ ਚਕੰਨੇ ਰਹਿਣ, ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਗੇਮਾਂ ਥੋੜ੍ਹਾ ਥੋੜ੍ਹਾ ਪਿੱਛੇ ਹਟ ਜਾਈਏ ਤਾਂ ਵਧੀਆ ਗੱਲ ਹੀ ਹੈ। ਅਤੇ ਮੈਂ ਅਕਸਰ ਇਹ ਗੱਲ ਮਹਿਸੂਸ ਕਰਦਾ ਹੁੰਦਾ ਵੀ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਨਾ ਉਹ ਬੜੇ ਘੱਟ ਕਮੈਂਟੇਟਰਸ ਕਰਦੇ ਆ ਅਤੇ ਬੜੀਆਂ ਟੈਕਨੀਕਲ ਗੱਲਾਂ ਕਰਦੇ ਹੋ, ਬੜੀਆਂ ਸਟੀਕ ਜੀਆਂ ਗੱਲਾਂ ਕਰਦੇ ਹੋ ਤੁਸੀਂ। ਅਤੇ ਬਾਕੀ ਇੱਕ ਹੋਰ ਗੱਲ ਵੀ ਹੈ ਜਿਹੜੀ ਤੁਹਾਡੇ ਜਿਹੜੇ ਇਸ ਵੇਲੇ ਤੁਸੀਂ ਅੱਛੇ ਕਮੈਂਟੇਟਰਸ ਹੋ ਉਹਨਾਂ ਸਾਰਿਆਂ ਦੇ ਵਿੱਚ ਹੈਗੀ ਆ ਅਤੇ ਤੁਹਾਡੇ ਵਿੱਚ ਵੀ ਹੈ ਵੀ ਤੁਸੀਂ ਗੱਲ 'ਚੋਂ ਗੱਲ ਫੜ ਕੇ ਮੌਕੇ ਦੀ ਗੱਲ ਕਰਦੇ ਹੋ। ਜਿਸ ਤਰ੍ਹਾਂ ਅੱਜ ਮੈਂ ਨੋਟ ਕੀਤਾ ਕਮੈਂਟੇਟਰ ਨੇ ਤੋੜਾ ਝਾੜਿਆ, ਤੋੜਾ ਹੀ ਝਾੜਨਾ ਕਹਿ ਦਿੰਦੇ ਆਪਾਂ, ਤੋੜਾ ਝਾੜਿਆ ਵੀ ਚੱਲਿਆ ਇਹ ਤਿਆਰ ਹੋ ਕੇ, ਤੁਸੀਂ ਕਿਹਾ ਵੀ ਨਹੀਂ ਅੱਗੇ ਵੀ ਚਾਰ ਜਣੇ ਤਿਆਰ ਖੜੇ ਆ, ਉਹ ਇਹਦੇ ਨਾਲੋਂ ਵੀ ਜ਼ਿਆਦਾ ਤਿਆਰ ਖੜੇ ਆ, ਉਹ ਕਿਸ ਤਰ੍ਹਾਂ ਆਮ ਮੁਹਾਰੇ ਤੁਹਾਡੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਉਮੜ ਪੈਂਦੀਆਂ ਨੇ। ਬਿਲਕੁਲ ਇਹੀ ਹੁੰਦਾ ਨਿੰਨੀ ਜੀ, ਮੇਰੀ ਸੋਚ ਹੁੰਦੀ ਹੈ ਨਾ ਜਿਵੇਂ ਉਹਨੇ ਬੋਲਤਾ ਸੀ ਵੀ ਉਹ ਤਿਆਰ ਆ ਹੈ ਨਾ, ਅਤੇ ਉਦੋਂ ਅੱਗੇ ਜਿਹੜੇ ਚਾਰੇ ਤਿਆਰ ਆ ਹੈ ਨਾ, ਮੈਨੂੰ ਇਹ ਹੁੰਦਾ ਵੀ ਮੈਂ ਉਹਦੇ ਲਈ ਧਿਆਨ ਦੇਣਾ, ਮੇਰਾ ਹਰੇਕ ਪਾਸੇ ਧਿਆਨ ਹੁੰਦਾ ਜੇ ਗਰਾਊਂਡ 'ਚ ਮੈਂ ਕਮੈਂਟੇਟਰ ਲਈ ਵੇਖਿਆ ਵੀ ਉਹ ਕਿੱਥੋਂ ਗੱਲ ਛੱਡੂਗਾ, ਕਿਉਂਕਿ ਡਿਊਡ ਕਮੈਂਟਰੀ ਤਾਂ ਹੀ ਕਾਮਯਾਬ ਆ ਜੇ ਆਪਾਂ ਉਹਦੀ ਗੱਲ ਬੋਲੀ ਆਪਾਂ ਮਗਰ ਚੱਕ ਲਗੇ, ਜੇ ਉਹਨੇ ਬੋਲਿਆ ਸੀ ਉਹ ਤਿਆਰ ਆ, ਬਾਅਦ 'ਚ ਮੈਂ ਬੋਲਣਾ ਸੀ ਮੈਂ ਟੌਪਿਕ ਚੇਂਜ ਕਰ ਦਿੰਦਾ ਅਤੇ ਉਹ ਲੋਕਾਂ ਨੂੰ ਦੇਖਣ ਵਾਲਿਆਂ ਨੂੰ ਵੀ ਸਵਾਦ ਨਹੀਂ ਆਉਣਾ ਸੀਗਾ, ਉਹ ਇੱਕ ਅਗਲਿਆਂ ਨੂੰ ਜਿਹੜੇ ਅੱਗੇ ਆਪਾਂ ਜੇ ਹੁਣ ਕਬੱਡੀ ਆਪਾਂ ਕਹਿੰਦੇ ਨਾ ਕਬੱਡੀ, ਮੈਂ ਤਾਂ ਇਹ ਸੋਚਦਾ ਵੀ ਕਬੱਡੀ ਦਾ ਮਤਲਬ ਕੱਬਾ ਅਤੇ ਅਗਲੇ ਉਦੋਂ ਕੱਬੇ ਵੀ ਜੇ ਉਹ ਤਿਆਰ ਆ ਅਤੇ ਉਹ ਉਦੋਂ ਦੁੱਗਣੀ ਤਿਆਰੀ ਦੇ ਵਿੱਚ ਖੜ੍ਹੇ ਆ, ਮੈਂ ਤਾਂ ਇਹ ਸੋਚ ਕੇ ਬੋਲਤੀ। ਬਾਕੀ ਵਾਹਿਗੁਰੂ। ਬਿਲਕੁਲ ਦਰਸ਼ਕੋ, ਅਸੀਂ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਉਸ ਪਰਮਾਤਮਾ ਅੱਗੇ ਵੀ ਇਸੇ ਤਰ੍ਹਾਂ ਹੀ ਇਹ ਕਮੈਂਟੇਟਰਸ ਜਿਸ ਤਰ੍ਹਾਂ ਅਮਰੀਕ ਮਾਂ ਖੇਡ ਕਬੱਡੀ ਦੀ ਸੇਵਾ ਕਰ ਰਿਹਾ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਵੀ ਜਿਹੜੀ ਕਬੱਡੀ ਆ ਉਹ ਕਮੈਂਟਰੀ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਆ। ਇੱਕ ਪਾਸੇ ਤੁਸੀਂ ਮੈਚ ਸ਼ੁਰੂ ਕਰ ਦਿਓ, ਕਮੈਂਟਰੀ ਬੰਦ ਕਰ ਦਿਓ, ਮੈਚ ਨੀਰਸ ਹੋ ਜਾਊਗਾ। ਅਤੇ ਅਸੀਂ ਆਸ ਕਰਦੇ ਹਾਂ ਵੀ ਸਾਡਾ ਭਰਾ ਅਮਰੀਕ ਇਸੇ ਤਰ੍ਹਾਂ ਹੀ ਆਪਣੀ ਬਿਹਤਰੀਨ ਕਮੈਂਟਰੀ ਦੇ ਰਾਹੀਂ ਸਾਡੇ ਦਰਸ਼ਕਾਂ ਦਾ ਮਨੋਰੰਜਨ ਕਰਦਾ ਰਹੂਗਾ ਅਤੇ ਕਬੱਡੀ ਦੀ ਰੌਚਕਤਾ ਜਿਹੜੀ ਉਸ ਨੂੰ ਹੋਰ ਵਧਾਊਗਾ ਅਤੇ ਮਾਂ ਖੇਡ ਕਬੱਡੀ ਦੀ ਸੇਵਾ ਕਰਦਾ ਰਹੂਗਾ। ਅਤੇ ਹੋਰ ਵੀ ਗੱਲਾਂ ਕਿਸੇ ਦਿਨ ਤੁਹਾਡੀਆਂ ਫਿਰ ਕਿਸੇ ਦਿਨ ਅਮਰੀਕ ਦੇ ਨਾਲ ਕਰਵਾਵਾਂਗੇ। ਅਮਰੀਕ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਥੈਂਕ ਯੂ ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਪੰਜਾਬੀ ਲਾਈਵ ਟੀਵੀ ਦਾ ਔਰ ਜਿਹੜੇ ਸਾਰੇ ਦਰਸ਼ਕ ਦੇਖ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਇਹ ਸੀਗੇ ਅਮਰੀਕ ਖੋਸਾ ਕੋਟਲਾ ਜੀ, ਜਿਸ ਬਾਰੇ ਦੱਸਣਾ ਮੇਰੇ ਖਿਆਲ ਦੇ ਵਿੱਚ ਬਾਹਲੀ ਸਿਆਣੇ ਵਾਲੀ ਗੱਲ ਨਹੀਂ ਹੋਊਗੀ ਤੁਹਾਨੂੰ ਇਹਨਾਂ ਦੱਸਣਾ ਇਹਨਾਂ ਬਾਰੇ। ਅਤੇ ਮੈਂ ਹੁਣ ਦੱਸਣਾ ਚਾਹੁੰਦਾ ਵੀ ਜਿਹੜਾ ਅੱਜ ਦਾ ਇਹ ਟੂਰਨਾਮੈਂਟ ਆ ਇਹ ਸਾਬੀ ਘੁੰਮਣ ਹਰਿੰਦਰ ਸੋਹੀ ਅਤੇ ਮੁਲਤਾਨੀ ਆਸਟ੍ਰੇਲੀਆ ਹੋਰਾਂ ਵੱਲੋਂ ਇਹ ਜਿਹੜਾ ਸਾਨੂੰ ਲਾਈਵ ਲਈ ਸਪੋਂਸਰ ਕੀਤਾ ਗਿਆ ਹੈ ਅਤੇ ਅਸੀਂ ਉਹਨਾਂ ਦੇ ਸਰਕਾ ਇੱਥੇ ਪਹੁੰਚੇ ਹਾਂ। ਅਸੀਂ ਆਪਣੇ ਚੈਨਲ ਦੇ ਜ਼ਰੀਏ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ। ਥੈਂਕ ਯੂ ਸੋ ਮਚ।